ਕਿਸੇ ਨੂੰ ਪਤਾ ਨਹੀਂ ਵੀ ਜਾਣਾ ਕਿੱਧਰ ਤੇ ਕਿੱਧਰ ਆਉਣਾ। ਅੱਛਾ, ਸਾਡੇ ਮੂਲਾ ਸਿੰਘ ਜੀ ਜੱਟ ਤੇ ਉਹਨੇ ਅਖਬਾਰ ਪੜ੍ਹਨੀ ਤਾਂ ਉਹਨੇ ਆਖਣਾ ਬਾਹਰੀ ਕੋਈ ਦੀਵਾ ਜਗਣਾ ਤੇ ਲੋਕੀ ਉਹਨੂੰ ਟਿੱਚਰਾਂ ਕਰਦੇ ਵੀ ਮੂਲਾ ਸਿੰਘ ਛਦਾਈ ਹੋ ਗਿਆ। ਫੜ ਕੇ ਵੀ ਇੱਥੇ ਕੋਈ ਨੀ, ਕੋਈ ਗੱਲ ਹੀ ਨੀ। ਅੱਛਾ ਅੱਛਾ ਅੱਛਾ, ਉਹਨੇ ਸਗੋਂ ਵਿਚਾਰੀ ਨੇ ਬਚਾ ਕੇ ਤੇ ਵਾੜਿਆ, ਜੈਸੇ ਚ ਮੁੜ ਕੇ ਵਾੜੇ ਨੇ। ਜਾਹਿਰ ਉਹ ਮੁਸਲਮਾਨ ਬੀਬੀ ਨੇ ਕੁਰਾਨ ਦੀ ਸਹੁੰ ਖਾ ਲਈ ਤੁਹਾਡੇ ਬਦਲੇ, ਫੜੀ ਹੋਈ ਸਹੁੰ ਨਹੀਂ ਖਾਧੀ, ਫੜ ਕੇ ਹੀ ਦੱਸਿਆ ਉਹਨਾਂ ਵੀ ਤੁਹਾਨੂੰ ਇਹਦੇ ਤੇ ਵੀ ਇੱਥੇ ਵਿਸ਼ਵਾਸ ਇੱਥੇ ਨਹੀਂ ਕੁਛ। ਸੰਤਾਲੀ ਦੀ ਵੇਖਣ ਵਾਲੇ ਮੇਰੇ ਸਾਰੇ ਦਰਸ਼ਕਾਂ ਨੂੰ, ਯਾਨੀ ਕਿ ਮੇਰੇ ਵੱਲੋਂ ਸੁਖਵਿੰਦਰ ਸਿੰਘ ਬਟਾਲਵੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਅਸਲਾਮ ਅਲੈਕਮ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਅਸੀਂ ਜ਼ਿਲ੍ਹਾ ਜਿਹੜੇ ਪਿੰਡ ਪਹੁੰਚੇ ਹਾਂ, ਬਟਾਲਾ ਸ਼ਹਿਰ ਦੇ ਨਜ਼ਦੀਕੀ ਪਿੰਡ ਮਲਾਵੇ ਦੀ ਕੋਠੀ, ਅਤੇ ਉੱਥੇ ਜਿਹੜੇ ਬਜ਼ੁਰਗ ਅਸੀਂ ਲੱਭੇ ਨੇ, ਉਹਨਾਂ ਦਾ ਪਿਛੋਕੜ ਜਿਹੜਾ ਵਾ ਜ਼ਿਲ੍ਹਾ ਰਜਿਸਟਰ ਸਿਆਲਕੋਟ ਤਹਿਸੀਲ ਪਸਰੂਰ ਦਾ ਪਿੰਡ ਹੈ ਬੁਸ਼ਕਰ, ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ। 1947 ਦੀਆਂ ਖੱਟੀਆਂ ਮਿੱਠੀਆਂ ਯਾਦਾਂ, ਕੀ ਕੁਛ ਉਹਨਾਂ ਨੂੰ ਪਤਾ ਹੈ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਕਮੈਂਟ ਕਰੋ, ਔਰ ਸ਼ੇਅਰ ਵੀ ਕਰੋ ਨਾਲ ਨਾਲ, ਤਾਂ ਕਿ ਇਹੋ ਜਿਹੀਆਂ ਨਵੀਆਂ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋ ਸਕੀਏ। ਆਓ ਜੀ, ਬਜ਼ੁਰਗਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ, ਪੁੱਛਦੇ ਉਹਨਾਂ ਕੋਲ 47 ਦੀਆਂ ਵੰਡਦੀਆਂ ਗੱਲਾਂ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਠੀਕ ਠਾਕ ਜੀ। ਥੋੜ੍ਹਾ ਜਿਹਾ ਨਾ ਉੱਚੀ ਬੋਲਿਓ, ਠੀਕ ਹੈ? ਤਾਂ ਕਿ ਸਾਡੀ ਆਵਾਜ਼ ਜਿਹੜੀ ਆ ਸਭ ਕੈਮਰੇ ਤੇ ਜਾ ਸਕੇ। ਹਾਂਜੀ, ਆਪਣਾ ਨਾਂ ਦੱਸੋ, ਹਾਂ ਕੀ ਆ? ਬਚਨ ਲਾਲ। ਬਚਨ ਲਾਲ, ਪੂਰਾ ਨਾਂ ਦੱਸੋ ਭਾਪੇ ਦਾ ਤੇ? ਮਹਿੰਗਾ ਰਾਮ। ਅੱਛਾ, ਯਾਨੀ ਕਿ ਤੁਹਾਡੇ ਵਾਲਦ ਸਾਹਿਬ ਦਾ ਨਾਂ ਹੀ ਮਹਿੰਗਾ ਰਾਮ? ਹਾਂਜੀ। ਤੇ ਦਾਦੇ ਦਾ ਵੀ ਪਤਾ ਜੇ? ਦਾਦੇ ਦੇ ਨਾਂ ਦਾ ਨਹੀਂ ਜੇ ਪਤਾ। ਅੱਛਾ ਅੱਛਾ, ਦਾਦੇ ਦਾ ਨਾਂ ਨਹੀਂ ਪਤਾ। ਤੇ ਆਪਣੀ ਕੌਮ ਕਿਹੜੀ ਆ? ਮਾਝੇ। ਤੇ ਜਾਤ? ਬੋਟਨ। ਬਟਵਾਲ। ਬਟਵਾਲ, ਬਟਵਾਲ ਜਿਹੜੀ ਹੈ ਆਜ਼ਾਦ ਵੀ ਬਟਵਾਲ, ਉੱਦਾਂ ਅਸੀਂ ਜਿਹੜੇ ਭਾਸ਼ਾ ਕਹਿ ਦਿੰਦੇ ਹਾਂ। ਹਾਂਜੀ। ਅੱਛਾ, ਇਸ ਟਾਈਮ ਅਸੀਂ ਜਿਹੜੇ ਕਿਹੜੇ ਪਿੰਡ ਬੈਠੇ ਹਾਂ ਇੱਥੇ? ਮਲਾਵੇ ਦੀ ਕੋਠੀ। ਮਲਾਵੇ ਦੀ ਕੋਠੀ, ਜ਼ਿਲ੍ਹਾ? ਜ਼ਿਲ੍ਹਾ ਗੁਰਦਾਸਪੁਰ। ਤਹਿਸੀਲ? ਤਹਿਸੀਲ ਬਟਾਲਾ। ਤਹਿਸੀਲ ਬਟਾਲਾ, ਮਲਾਵੇ ਦੀ ਕੋਠੀ ਬੈਠੇ। ਹਾਂਜੀ। ਅੱਛਾ, ਅਸੀਂ ਜਿਹੜੀਆਂ ਗੱਲਾਂ ਕਰਨੀਆਂ ਨਾ, ਉਹ ਅਸੀਂ ਗੱਲਾਂ ਕਰਨੀਆਂ ਵਾ ਜਿਹੜੀ ਜਦੋਂ ਰੌਲੇ ਪਏ ਆ, 47 ਦਾ ਰੌਲਾ ਪਿਆ, ਜਾੜਾ ਪਿਆ, ਉਹਦੀਆਂ ਅਸੀਂ ਗੱਲਾਂ ਪਤਾ ਕਰਨੀਆਂ। ਅਤੇ ਉਸ ਹਵਾਲੇ ਨਾਲ ਇਹ ਜਦੋਂ ਇਹ ਅਜ਼ਾੜਾ ਪਿਆ ਵਾ, ਅਤੇ ਕਿਹੜੇ ਪਿੰਡ ਉੱਠ ਕੇ ਆਏ ਜੇ? ਬੁਸ਼ਕਰ ਤੋਂ। ਬੁਸ਼ਕਰ ਤੋਂ? ਹਾਂਜੀ। ਅਤੇ ਜਿਹੜਾ ਬੁਸ਼ਕਰ ਪਿੰਡ ਸੀ ਆਪਣਾ? ਹਾਂਜੀ। ਉਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਆ ਗਈ ਪਸਰੋਲ। ਅਤੇ ਜ਼ਿਲ੍ਹਾ? ਜ਼ਿਲ੍ਹਾ ਸਿਆਲਕੋਟ। ਅਤੇ ਥਾਣੇ ਦਾ ਵੀ ਪਤਾ ਸੀ? ਥਾਣਾ ਸਤਰਾ। ਥਾਣਾ ਸਤਰਾ। ਇਹ ਜਿਹੜਾ ਪਿੰਡ ਬੁਸ਼ਕਰ ਸੀ, ਹਾਂਜੀ, ਇਹ ਬੁਸ਼ਕਰ ਪਿੰਡ ਦੇ ਵਿੱਚ ਉਦੋਂ ਕਿਹੜੇ ਕਿਹੜੇ ਲੋਕ ਆਬਾਦ ਸੀ, ਕਿਹੜੇ ਕਿਹੜੇ ਲੋਕ ਵੱਸਦੇ ਸੀ ਉੱਥੇ? ਸਲੈਰੀਏ। ਅੱਛਾ। ਜੋਗੀ ਤੇ ਰਾਈ ਤੇ ਜੱਟ ਤੇ ਮਾਛੇ। ਅੱਛਾ, ਰਾਈ ਜਿਹੜੇ ਮੁਸਲਮਾਨ ਆਏ ਸੀ? ਹਾਂਜੀ। ਅੱਛਾ, ਇਹ ਗੱਲਾਂ ਹੀ ਕਰਦੇ ਹਾਂ ਉਸ ਵੇਲੇ, ਜਿਹੜੇ ਰਾਈ ਸੀ ਮੁਸਲਮਾਨ ਰਾਈ, ਇਹਨਾਂ ਦੇ ਕਿੰਨੇ ਕੁ ਘਰ ਸੀ ਅਤੇ ਤੁਹਾਡੇ ਕਿੰਨੇ ਘਰ ਸੀ? ਰਾਈਆਂ ਦੇ ਘਰ ਹੈ ਇੱਕ ਬਰਕਤ ਘਾ ਸੀ। ਅੱਛਾ। ਇੱਕ ਸ਼ਫੀ ਘਾ ਸੀ। ਅੱਛਾ, ਮੁਹੰਮਦ ਸ਼ਫੀ। ਅਤੇ ਇੱਕ ਆਪਣਾ ਹੈਗਾ ਸੀ ਲਾਲੋ ਘਾ, ਬਰਕਤ ਘਾ। ਅੱਛਾ, ਬਰਕਤ, ਲਾਲੋ, ਸ਼ਫੀ। ਹਾਂਜੀ। ਅਤੇ ਜਲਾਲ। ਜਲਾਲ, ਇਹ ਜਿਹੜੇ ਤਿੰਨ ਭਰਾ ਸੀ? ਤਿੰਨੇ ਭਰਾ ਸੀ। ਹਾਂਜੀ। ਅੱਛਾ, ਪੁੱਛੀ। ਅਤੇ ਕਰਮਲਾ ਸਲੈਰੀਆ। ਅੱਛਾ ਅੱਛਾ, ਇਹ ਤੇ ਹਾਂਜੀ, ਇਹ ਚਲੋ ਇਹ ਤੇ ਹੋ ਗਏ ਰਾਈਆਂ ਦੇ ਘਰ। ਉਸ ਤੋਂ ਇਲਾਵਾ ਜਿਹੜੇ ਜੱਟ ਬਰਾਦਰੀ ਦੇ ਕਿੰਨੇ ਘਰ ਸੀ ਅਤੇ ਕਿਹੜੀ ਕੌਮ ਸੀ ਉੱਥੇ ਵੱਸਦੀ, ਜੱਟਾਂ ਦੀ ਕਿਹੜੀ? ਜੱਟ ਬਰਾਦਰੀ ਦੇ ਉੱਤੇ ਦੋਏ ਘਰ ਸਨ ਸਾਹਿਬ ਨਾਲ। ਕਿਹੜੀ ਜਾਤ ਦੇ ਜੱਟ ਸੀ ਉੱਥੇ? ਪਿੰਡਰ। ਪਿੰਡਰ ਜੱਟ ਸੀ। ਹਾਂਜੀ। ਇਸ ਤੋਂ ਇਲਾਵਾ ਜਿਹੜਾ ਹੋਰ ਸਲੈਰੀਏ ਸੀ, ਰਾਈ ਸੀ, ਗਏ ਪਿੰਡਰ ਜੱਟ ਸੀ, ਇਸ ਤੋਂ ਇਲਾਵਾ ਹੋਰ ਕਿਹੜੇ ਲੋਕ ਸੀ? ਹੋਰ ਕੋਈ ਨਹੀਂ ਹਜੇ, ਬਸ ਤਿੰਨੇ ਸੀਗੇ। ਤਿੰਨੇ ਹੀ। ਅੱਛਾ, ਇਹ ਜਿਹੜਾ ਪਿੰਡ ਬੁਸ਼ਕਰ ਸੀਗਾ, ਜੇ ਅਸੀਂ ਗੱਲ ਕਰੀਏ ਤਾਂ ਕਿੱਡਾ ਕੁ ਵੱਡਾ ਪਿੰਡ ਸੀ ਉਦੋਂ? ਯਾਨੀ ਕਿ ਕਿੰਨੇ ਕੁ ਘਰ ਹੋਣਗੇ ਰਲ ਮਿਲ ਕੇ ਸਾਰੇ ਪਿੰਡ ਦੇ? ਉਹ ਜੋਗੀਆਂ ਦੇ ਘਰ ਹਨ 5-4, ਉਹ ਸਲੈਰੀਆਂ ਦੇ ਘਰ ਹਨ। ਸਲੈਰੀ ਦੇ ਕਿੰਨੇ ਸੀ? 3-4 ਹੀ ਹਨ। ਅੱਛਾ। ਅਤੇ ਕਰਮ ਕੇ, ਕਰਮ ਲਾਈ ਕੇ ਅਤੇ ਛਪੀ ਕੇ ਹਨ ਆਪਣੇ ਰਾਏ ਜਿਹੜੇ ਹਨ, ਅਤੇ ਬਰਕਤ ਹੋਰੀ, ਦੋ ਤਿੰਨ ਘਰ ਆਏ ਹਨ। ਅੱਛਾ ਅੱਛਾ।
ਜਿਹੜਾ ਬੁਸ਼ਕਰ ਪਿੰਡ ਸੀ ਇਹਦੇ ਵਿੱਚ ਸਕੂਲ ਹੈ ਸੀ ਕੋਈ ਉਸ ਟਾਈਮ? ਕੋਈ ਸਕੂਲ ਨਹੀਂ, ਥੋੜ੍ਹਾ ਕੀ ਬੋਲੋ ਜਾਂਦੇ ਆ ਆਪਣੇ ਹੈਗਾ ਸੀ ਸਾਡੇ ਲਾਗੇ ਜਿਹੜਾ ਪਿੰਡ ਕੁਟੀਏ, ਕੁਟੀਏ ਜਾਂਦੇ ਆ ਪੜ੍ਹਨ ਕੁਟੀਏ ਬਾਬੇ ਦੇ। ਅੱਛਾ ਉੱਥੇ ਸਕੂਲ ਸੀਗਾ ਪਿੰਡ 'ਚ? ਕੋਈ ਨਹੀਂ ਨਾ। ਇਹ ਪੁਸ਼ਕਰ ਪਿੰਡ ਦੇ ਆਲੇ ਦੁਆਲੇ ਦੇ ਦੋ ਚਾਰ ਪਿੰਡ ਕਿਹੜੇ ਕਿਹੜੇ ਸੀ? ਉਹ ਆਪਣੇ ਫੱਤੇ ਵਾਲੀ ਅਜੇ, ਅੱਛਾ ਲਾਲਾ ਸਿੱਧਾ ਸੀ, ਭੂਰੇ ਗਈ ਅਤੇ ਦਾਤੇਵਾਲ, ਦਾਤੇਵਾਲ ਹੋਰ ਅਤੇ ਸੈਂਟਰ 'ਚ ਅਸੀਂ ਹਾਂ। ਅੱਛਾ ਸੈਂਟਰ ਜੀ। ਅੱਛਾ ਅਸੀਂ ਆ ਗਏ ਆਪਣੇ ਪਿੰਡ ਦੇ ਵਿੱਚ, ਹਾਂਜੀ ਪੁਸ਼ਕਰ ਦੇ ਵਿੱਚ। ਉਸ ਵੇਲੇ ਉਸ ਪਿੰਡ ਦਾ ਅਤੇ ਲੰਬੜਦਾਰ ਦਾ ਪਤਾ ਕੋਈ? ਕਿਹੜਾ ਲੰਬੜਦਾਰ ਸੀਗਾ? ਲੰਬੜਦਾਰ ਸਾਡੇ ਪਿੰਡ ਦਾ, ਹਾਂ ਪੁਸ਼ਕਰ ਪਿੰਡ ਦਾ, ਅਮਰਕਾ ਪਿਓ ਸੀ। ਕੀ ਨਾਂ ਸੀ ਉਹਦਾ ਪਤਾ ਕੋਈ? ਨਾਂ ਤਾਂ ਭੁੱਲ ਗਿਆ ਜੇ। ਆਪਣਾ ਹਜ਼ਾਰਾ ਸਿੰਘ ਅਤੇ ਅਮਰ ਸਿੰਘ ਦੋਵੇਂ ਭਰਾ ਹਨ। ਅੱਛਾ ਇਹਨਾਂ ਦਾ ਪਿਓ ਸੀ, ਇਹਨਾਂ ਦਾ ਪਿਓ ਸੀ। ਉਹਦਾ ਪਿਓ ਦਾ ਨਾਂ ਲੰਬੜਦਾਰ ਦਾ ਨਾਂ ਦਾ ਨਹੀਂ ਪਤਾ? ਨਾਂ ਦਾ ਨਹੀਂ ਚੇਤਾ ਰਿਹਾ। ਇਸ ਤੋਂ ਇਲਾਵਾ ਹੋਰ ਵੀ ਕੋਈ ਲੰਬੜਦਾਰ ਸੀ ਤੁਹਾਡੇ 'ਚੋਂ ਵੀ ਆ ਰਹੀਆਂ ਸਲਾਹ ਵੀ? ਨਾ ਕੋਈ ਵੀ ਨਹੀਂ, ਕੋਈ ਲੰਬੜੇ ਬਣਦਾ ਕੋਈ ਹੈ, ਇੱਕੋ ਜੱਟਾਂ ਦਾ। ਅਤੇ ਉਸ ਵੇਲੇ ਤੁਹਾਡੀ ਤੁਹਾਡੇ ਅਸੀਂ ਗੱਲਾਂ ਬਾਤਾਂ ਤੋਂ ਪਤਾ ਲੱਗਣਾ ਵੀ ਤੁਹਾਨੂੰ ਥੋੜ੍ਹੀ ਬਹੁਤੀ ਜਾਣਕਾਰੀ ਸੀ ਕਿ ਪੁੱਛ ਸਕਦੇ ਵੀ ਤੁਹਾਡੀ ਉਦੋਂ ਉਮਰ ਕਿੰਨੀ ਕੁ, ਕਿੰਨੀ ਕੁ ਉਮਰ ਦੀ ਸੀ ਜਦੋਂ ਤੁਸੀਂ ਰੌਲਾ ਪਿਆ ਉਦੋਂ? ਉਦੋਂ ਉਮਰ ਆਈ 8-7 ਸਾਲ। 8-7 ਸਾਲ ਜਿਹੜੇ। ਅੱਛਾ ਉਹ ਤੋਂ ਇਲਾਵਾ ਪਿੰਡ ਦੀ ਜਿੰਨਾ ਰਕਬਾ ਸੀਗਾ ਕਿੰਨਾ ਕੁ ਰਕਬਾ ਤੁਹਾਡੇ ਅੰਦਰ ਜਾਂਦਾ, ਕਿੰਨੀ ਜ਼ਮੀਨ ਵੱਜਦੀ ਸੀ ਪਿੰਡ ਦੀ ਬੁਸ਼ਕਰ ਦੀ? ਇਹਨਾਂ ਤਿੰਨਾਂ ਘਰਾਂ ਦੀ ਜ਼ਮੀਨ ਸੀ, ਨਿਹਾਲ ਸਿੰਘ ਕੀ ਅਤੇ ਆਪਣੇ ਸਰਦਾਰ ਕੇ। ਅੱਛਾ ਅਤੇ ਲੰਬੜਦਾਰਾਂ ਦੀ ਤਿੰਨੇ ਘਰ ਹਨ। ਇਸ ਤੋਂ ਇਲਾਵਾ ਜਿਹੜੇ ਆਪਣੇ ਮੁਸਲਮਾਨਾਂ ਦੀ ਕੋਈ ਜ਼ਮੀਨ ਨਹੀਂ ਹੈਗੀ? ਕਹੇ ਤਾਂ ਨਹੀਂ ਸਾਰੇ। ਅੱਛਾ ਇਹ ਠੇਕੇ ਲੈ ਕੇ ਤੇ ਬੰਦੇ ਨੂੰ ਸਾਰੇ ਹਿੱਸੇ ਦੇ ਵਾਦੇ ਨੇ? ਹਾਂ। ਅੱਛਾ ਪਿੰਡ ਦੇ ਵਿੱਚ ਕੋਈ ਮਸੀਤ ਹੈਗੀ? ਮਸੀਤ ਇੱਕ ਹੈਗੀ। ਕਿੱਥੇ ਪਾਸੇ ਸੀ? ਜੋਗੀਆਂ ਦੇ ਮਾਦੇ। ਜੋਗੀਆਂ ਨਹੀਂ, ਇੱਕ ਸੱਜਾ ਖੱਬਾ ਲੈਂਦਾ ਚੜ੍ਹਦਾ ਪਾਸਾ ਦਾ, ਕਿਹੜੇ ਚੜ੍ਹਦੇ ਪਾਸੇ? ਚੜ੍ਹਦੇ ਪਾਸੇ ਹੀ ਉਹ ਜੋਗੀ। ਹਾਂ ਉੱਥੇ ਮਸੀਤ ਹੈ। ਕੋਈ ਮੰਦਰ ਵੀ ਹੈਗਾ ਸੀਗਾ? ਨਾ। ਅੱਛਾ ਇਹ ਮਸੀਤ ਦੇ ਵਿੱਚ ਕੋਈ ਮੇਲਾ ਮੂਲਾ ਵੀ ਲੱਗਦਾ ਹੈ ਕਿ ਨਹੀਂ? ਕੋਈ ਮੇਲਾ ਨਹੀਂ, ਉਹ ਨਮਾਜ਼ ਨੂੰ ਪੜ੍ਹਨ। ਚਲੋ ਨਮਾਜ਼ ਤਾਂ ਮੁਸਲਮਾਨ ਭਾਰੀ ਚੱਦ ਲੋਕਾਂ ਨੇ ਪੜ੍ਹਨੀ ਜਿਹੜੀ ਹੁੰਦੀਆਂ ਹੁੰਦੀਆਂ। ਅੱਛਾ ਬਈ ਹੁਣ ਅਸੀਂ ਆ ਜਾਂਦੇ ਹਾਂ ਆਪਣੇ ਜਦੋਂ ਜ਼ਮੀਨਾਂ ਦੀਆਂ ਗੱਲਾਂ ਕਰ ਰਹੇ ਡਏ ਹਾਂ ਅਸੀਂ, ਅਤੇ ਜ਼ਮੀਨ ਦੀ ਵਾਈ ਕਿਹੜੀ ਕਿਹੜੀ ਸੀ ਉੱਥੇ, ਕਿਹੜੀ ਕਿਹੜੀ ਫਸਲ ਜਿਹੜੀ ਉੱਥੇ ਉੱਗਦੀ? ਕਣਕ, ਛੋਲੇ, ਅੱਛਾ ਮਸਰ, ਮਸਰ, ਜੌਂ, ਜੌਂ। ਅਤੇ ਇਹ ਪਾਣੀ, ਪਾਣੀ ਖੂਹਾਂ ਦਾ ਅਜੇ ਵੇਖੋ ਨਾ ਇੰਨਾ ਰਕਬਾ ਵੀ ਹੈਗਾ ਅਤੇ ਇਹ ਖੂਹ ਕਿੰਨੇ ਖੂਹ ਸੀ? ਖੂਹ ਸਾਡੇ ਪਿੰਡ 'ਤੇ ਦੋ ਹੀ ਹਨ। ਕਿਹੜਾ ਕਿਹੜਾ, ਕਿੱਥੇ ਕਿੱਥੇ? ਖੋਤਲਿਆਂ ਦਾ ਖੂਹ ਇੱਕ ਪਿੰਡ 'ਚ, ਅੱਛਾ ਅਤੇ ਇੱਕ ਬਾਹਰ ਨਵਾਂ ਪਿੰਡ ਖੂਹ ਲੱਗਾ, ਉਹ ਵੀ ਰੇਤਾ ਮਾਰਦਾ ਬਹੁਤਾ। ਕਿਹੜੇ ਪਾਸੇ ਹੋ ਗਿਆ ਬਾਹਰ? ਉਹ ਆਪਣੇ ਸੱਤ ਤੇ ਪਹਾੜ ਪਾਸੇ। ਹਾਂਜੀ ਪਹਾੜ ਵਾਲੇ ਪਾਸੇ, ਉਹਲੇ ਪਾਸੇ ਖੂਹ। ਅਤੇ ਇੰਨੀ ਇੱਕ ਖੂਹ ਨਾਲ ਇੰਨੀ ਜ਼ਮੀਨ ਵਾਹੀ ਜਾਣੀ ਕਿ ਹੋ ਜਾਂਦੀ? ਉਦੋਂ ਬਰਾਨ ਫਸਲ ਮੇਹਬਾਨ ਬਾਰਿਸ਼ਾਂ ਦਾ ਬਾਅਦ ਹੀ ਫਸਲ ਹੁੰਦੀ। ਅਤੇ ਤੁਹਾਡੇ ਵਡੇਰੇ ਕੀ ਕਰਦੇ ਨੇ ਉੱਥੇ? ਵਾਹੀ ਵੂਹੀ ਦਾ ਕੰਮ ਕਰਦੇ ਸੀ ਸਾਰੇ, ਵਾਹੀ ਜਿਹੜੀ ਆ ਕੋ ਬਾਗ ਬੇਰੀਆਂ ਬੋਰੀਆਂ ਲੈਂਦੇ ਆ ਜੇ। ਤੇ ਤੁਸੀਂ ਕੀ ਨਿੱਕੇ ਹੁੰਦੇ ਜਦੋਂ ਜਾਹਿਰ ਵਾ ਤੁਹਾਡੀ 8-10 ਉਮਰ, ਤੁਸੀਂ ਕੀ ਕਰਦੇ? ਹਾਂ ਡੰਗਰ ਡੁੰਗਰ ਚਾਰਦੇ ਆ ਜੇ, ਡੰਗਰ ਚਾਰ ਖੜੇ ਪਾਸੇ। ਹਾਂ ਇੱਕ ਦੋ ਦਿਨ ਜੇ ਸਕੂਲੇ ਗਿਆ ਤਾਂ ਰੌਲੇ ਪੈ ਗਏ। ਅੱਛਾ ਅੱਛਾ ਅਤੇ ਡੰਗਰ ਜੋ ਚਾਰਦੇ ਹੋ ਜਾਹਿਰ ਵਾ ਕਿ ਤੁਹਾਡੇ ਲਾਗੇ ਮੁਸਲਮਾਨਾਂ ਦੇ ਵੀ ਘਰ ਸੀਗੇ ਅਤੇ ਤੁਹਾਡੇ ਵੀ ਘਰ ਸੀ, ਰਲ ਮਿਲ ਕੇ ਡੰਗਰ ਚਾਰ ਲੈਣੇ? ਰਲ ਮਿਲ ਕੇ ਸਾਰੇ। ਅਤੇ ਕੋਈ ਫਿਰ ਉੱਥੇ ਤੁਹਾਨੂੰ ਸੱਜਣ ਬੇਲੀ ਵੀ ਹੋਣਾ ਕੋਈ ਮੁਸਲਮਾਨ ਯਾਰ ਬੇਲੀ ਕੋਈ? ਆਇਆ ਜਲਾਲ ਉਹਦੀ ਹਨ। ਅੱਛਾ ਅਤੇ ਆਪਣੇ ਬਰਕਤ ਕੰਮ ਜਿਹੜੇ ਮੁੰਡੇ ਸੀ, ਨਾ ਕੋਈ ਨਾ ਦੱਸੋ ਨਾ? ਇੱਕ ਨਾ ਜਲਾਲ ਸੀ, ਇੱਕ ਬਰਕਤ ਸੀ, ਇਹ ਤੁਹਾਡੇ ਬੇਲੀ ਸੀ ਨਾਲ ਹੀ ਸਾਡੇ ਗੁਆਂਢ ਸਨ। ਅੱਛਾ ਅੱਛਾ ਇਹ ਤੋਂ ਇਲਾਵਾ ਵੇਖੋ ਨਾ ਪਿੰਡਾਂ ਦੇ ਵਿੱਚ ਕੋਈ ਹੋਰ ਇਹ ਤੋਂ ਇਲਾਵਾ ਡੰਗਰ ਚਾਰ ਲਏ? ਵੇਖੋ ਜੀ ਕੋਈ ਚਾਚਾ, ਕੋਈ ਤਾਇਆ, ਕੋਈ ਚਾਚੀ, ਕੋਈ ਤਾਏ ਮੁਸਲਮਾਨਾਂ ਨੂੰ ਇੱਕ ਦੂਜੇ ਨੂੰ ਆਉਂਦੇ ਹਨ। ਉਦੋਂ ਇਹ ਥੋੜ੍ਹੀ ਜਿਸ ਤਰ੍ਹਾਂ ਹੁਣ ਕਰਦੇ ਆ ਲੋਕਾਂ ਨਾਲ ਪ੍ਰੇਮ ਪਿਆਰ ਸੀ। ਅੱਛਾ ਇਹ ਉਹ ਸੇਬ ਚੰਗਾ ਸੀ ਉਦੋਂ? ਬਹੁਤ ਜ਼ਿਆਦਾ ਵਧੀਆ, ਬਿਲਕੁਲ ਕਰੀ ਦੇ ਸਾਰੇ ਮਿਲ ਜੁਲ ਕੇ ਇਸ ਤਰ੍ਹਾਂ ਇਹ ਚਾਚੇ ਤਾਏ ਇੱਕ ਦੂਜੇ ਨੂੰ ਆਉਂਦੇ ਹਨ। ਅੱਛਾ ਅੱਛਾ ਜੀ ਭੈਣ ਭਰਾ ਵਾਂਗਰ ਰਹਿੰਦੇ ਆ। ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਸੀ ਉਦੋਂ ਵੀ ਲੋਕ ਇੱਕ ਦੂਜੇ ਦੇ ਜਾਂਦੇ ਜਾਂਦੇ ਹੁੰਦੇ ਹੁੰਦੇ ਅਜੇ। ਅਤੇ ਜਾਹਿਰ ਬਾਤ ਤੁਸੀਂ ਛੋਟੇ ਹੋ ਉਦੋਂ 8-10 ਸਾਲ ਦੀ ਉਮਰ ਤੁਹਾਡੀ ਹੈਗੀ ਉਦੋਂ, ਅਤੇ ਰਾਤ ਨੂੰ ਫਿਰ ਖੇਡਾਂ ਖੁਡਾਂ ਕਿਹੜੀਆਂ ਖੇਡਣੀਆਂ? ਮੀਟੀ ਮਾਟੀ ਖੇਡਣ, ਲੋਕਾਂ ਮੀਟੀ ਖੇਡਣ, ਹੋਰ ਕੀ, ਜਾਂ ਖਿਦੋ ਖੁੰਡੀ ਖੇਡ ਲੈਂਦੇ, ਖਿਦੋ ਖੁੰਡੀ ਖੇਡ ਲੈਂਦੇ ਹਾਂ ਡੰਡੇ ਡੰਡਿਆਂ ਨਾਲ। ਉਹ ਤਾਂ ਪਿੰਡ 'ਚ ਕੋਈ ਘੋਲਕਾ ਵੀ ਕਰਦੇ ਸੀ? ਘੋਲਕਾ ਮੁੰਡੇ ਸੀ ਜਿਹੜੇ ਸਾਡੇ ਘੋਲ ਕੋਟੀ ਕਰਦੇ ਹਨ, ਮਗਰਾਂ ਮੂਰਾਂ ਚੁੱਕਦੇ ਹਨ। ਅੱਛਾ ਤੇ ਗਾਉਂਦੇ ਗਾਉਂਦੇ ਹਨ ਲੋਕੀ, ਜਾਂ ਵੱਜਲੀਆਂ ਵੱਜਲੀਆਂ ਨਾਲ ਨਹੀਂ ਜਾਂ ਮੱਟੀਆਂ ਨਾਲ। ਜੇ ਕੋਈ ਪਿੰਡ ਦੇ ਜਵਾਨ ਮੁੰਡੇ ਆ, ਜਿਹੜੇ ਜਵਾਨ ਮੁੰਡੇ ਆ
ਉਹ ਵੀ ਤਾਂ ਕੋਈ ਭਾਰ ਭੂਰ ਚੁੱਕਦੇ ਆ, ਸੁਹਾਗੇ ਚੁੱਕਦੇ ਆ, ਸੁਹਾਗੇ ਚੁੱਕਣੇ ਭਾਰ ਸਾਰੇ ਕੰਮ ਕਰਦੇ ਆ। ਅੱਛਾ ਕੋਈ ਮੇਲਾ ਲਾਗੇ ਛਾਗੇ, ਕੋਈ ਵਿਸਾਖੀ ਦਾ, ਕੋਈ ਹੋਰ ਤਿਉਹਾਰ ਕੋਈ ਲਾਗੇ ਛਾਗੇ ਮੇਲਾ? ਨਹੀਂ ਤਾਂ ਵਿਸਾਖੀ ਤੇ ਜਾਂਦੇ ਹੁੰਦੇ ਨੇ ਲੈ ਕੇ ਚਿੜਿਆ ਤੇ ਸਿਆਲਕੋਟ ਨੂੰ, ਤੇ ਭੰਗੜੇ ਦੇ ਹਰ ਪਿੰਡ ਹੀ ਢੋਲ ਵੱਜਦੇ ਹਨ, ਜਿੱਥੇ ਜਿੱਥੇ ਵੱਜਦੇ ਹਨ। ਪਤਿਆਲੀ ਵੀ ਵੱਜਦਾ, ਸਾਡੇ ਪਿੰਡ ਵੀ ਵੱਜਦਾ ਹਜੇ। ਨਹੀਂ ਨਹੀਂ ਜੋ ਸਾਡੇ ਇੱਥੇ ਪੀਰਾਂ ਸ਼ੀਰਾਂ ਦੀ ਜਗ੍ਹਾ ਵਾ, ਇੱਥੇ ਦੇਗਾ ਦੂਗਾ ਦੇਦੇ, ਉੱਥੇ ਲੱਗੇ ਕੋਈ ਪੀਰ ਦੀ ਜਗ੍ਹਾ ਹੈਗੀ ਜਿੱਥੇ ਕੋਈ ਮੇਲਾ ਲੱਗਦਾ ਇੱਥੇ? ਨਾ ਸਾਡੇ ਕੋਈ ਲੱਗਦਾ ਨਹੀਂ, ਲੱਗਦਾ ਨਾ ਕੋਈ ਨਹੀਂ ਲੱਗਦਾ। ਸਭ ਤੋਂ ਜਿਹੜਾ ਗੱਲ ਕਰੀਏ ਹੁਣ ਅਸੀਂ, ਉਹ ਵਸੇਬ ਬੜਾ ਚੰਗਾ ਸੀ, ਸਾਰੇ ਲੋਕ ਮਿਲ ਮੁਲ ਕੇ। ਨਹੀਂ ਉਦੋਂ ਵਰਗਾ ਤੇ ਹੁਣ ਸਮਾਂ ਹੀ ਨਹੀਂ ਜੇ ਚੰਗਾ, ਇਹਦਾ ਮੈਂ ਅਸੀਂ ਕਹਿ ਸਕਦੇ ਹਾਂ ਬਹੁਤ ਚੰਗੇ ਸੀ ਉਹ, ਉਹ ਆਹ ਸਮਾਂ ਨਾਲ ਉਹ ਸਮਾਂ ਚੰਗਾ, ਬਹੁਤ ਚੰਗਾ ਜੀ। ਗਾਉਂਦਾ ਗਾਉਣ ਦੀ ਤੁਸੀਂ ਨਾ ਪ੍ਰਵਾਸ ਤੇ? ਅੱਛਾ ਗਾਉਣ ਵਜਾਉਣ ਵਾਲਾ ਜਿਹੜੇ ਕਹਿੰਦੇ ਤੁਸੀਂ ਗਾਉਂਦੇ ਜਾਂਦੇ, ਕੋਈ ਕੌਣ ਕੌਣ ਗਾਉਂਦਾ ਸੀ ਚੰਗਾ ਪ੍ਰਵਾਸ? ਖੇੜਾ ਪਲਗਣਾ ਵਾਲਾ ਚੰਗਾ ਇਹ ਸਾਡੇ ਗਾਉਂਦਾ ਇਹ ਆਪਣੇ ਕਥਾ ਸਿੰਘ, ਇਹ ਵੀ ਗਾਉਂਦਾ ਮੱਟੀਆਂ ਨਾਲ, ਮੱਟੀਆਂ ਨਾਲ ਜਿਹੜਾ ਹਾਂ ਤੇ ਜੋੜੀ ਜਾੜੀ ਵੀ ਜਾਂਦਾ ਸੀ ਚਾਚਾ ਲਤਾ ਸਿੰਘ। ਅਤੇ ਜਦੋਂ ਰਾਤ ਨੂੰ ਆਪੇ ਇੱਥੇ ਲੋਕ ਬਹਿੰਦੇ ਸੀ ਮਿਲ ਜੁਲ ਕੇ ਸਾਰੇ ਹੀ, ਸਾਰੇ ਭਾਈਚਾਰੇ ਦੇ ਲੋਕ, ਅਤੇ ਰਾਤ ਨੂੰ ਜ਼ਾਹਿਰ ਬਾਤ ਇਕੱਠਿਆਂ ਬਹਿ ਗੱਲਾਂ ਪਤਾ ਕਰਦੇ, ਪਿੰਡ 'ਚ ਕੋਈ ਹੈਗਾ ਇਹੋ ਜਿਹੀ ਜਗ੍ਹਾ ਬਣੀ ਜਿੱਥੇ ਵੀ ਧੂੰਆਂ ਧਾਵਾਂ ਲਾ ਲੈਂਦੇ ਨਾ? ਪਿੱਪਲ ਸਾਡੇ ਹੈਗਾ ਸੀ ਪਿੰਡ ਦੇ ਵਿੱਚ ਵੀ ਬਾਹਰ ਵੀ। ਅੱਛਾ ਉੱਥੇ ਮੰਜੀਆਂ ਡਾਣੀਆਂ, ਉੱਥੇ ਲੋਕਾਂ ਸੌ ਜਾਣਾ ਤੇ ਸ਼ੀਂ ਬੱਕਰੀ ਫੁੱਲਦਿਆਂ ਨੇ ਖੇਡਦਿਆਂ ਰਹਿਣਾ। ਅੱਛਾ ਰਾਤ ਨੂੰ ਦਿਨੇ? ਅੱਛਾ ਦਿਨੇ ਸ਼ੀਂ ਬੱਕਰੀ ਖੇਡਦਿਆਂ ਰਹਿਣਾ, ਉਦੋਂ ਵਾਹੀ ਕੜੀ ਬਰਾਨੀ ਵਾਹੀ ਪੁੱਠੇ ਪੁੱਠੇ ਪਾ ਕੇ ਵੇਲੇ ਬੁੱਢੇ ਵਾਸਤੇ ਵੇਲੇ ਪੀ ਜਾਂਦੇ ਪੈ ਖੜੇ ਤੇ ਭੁੱਖਾ ਸ਼ੁੱਖਾ ਪੀ ਖੜੇ ਹੈ। ਹਾਂ ਭੁੱਖਾ ਕੇ ਪੀਂਦੇ ਆ ਸਾਰੇ, ਉਹ ਜ਼ਿਮੀਦਾਰ ਵੀ ਪੀਂਦੇ ਆ, ਸਾਰੇ ਜ਼ਿਮੀਦਾਰ ਉਹ ਖੇਡ ਹੀ ਸਾਡੇ ਜ਼ਿਮੀਦਾਰ ਵੀ ਪੀਂਦੇ ਆ। ਇਹ ਤਾਂ ਚਲੋ ਇਹ ਤਾਂ ਹੋ ਗਿਆ ਪਿੰਡ ਦੀ ਗੱਲ, ਆਪਾਂ ਕਰੀ ਸਾਰੀ ਪਿੰਡ ਦੀ। ਜਿਹਦਾ ਰੌਲਾ ਪੈ ਗਿਆ, ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਇੱਥੋਂ ਉੱਠ ਕੇ ਜਾਣਾ ਪੈਣਾ, ਤੇ ਕੀ ਕਿਤਨਾ ਤੁਹਾਨੂੰ ਪਤਾ ਲੱਗਾ? ਤੁਹਾਡੇ ਵੱਡਿਆਂ ਨੇ ਦੱਸਿਆ, ਤੁਸੀਂ ਯਾਰ ਤੁਸੀਂ ਅੱਖੀ ਦੇਖਿਆ ਕਿੱਦਾਂ ਪਤਾ ਲੱਗਾ ਤੁਹਾਨੂੰ? ਕਿੱਦਾਂ ਦੱਸਿਆ ਜੀ? ਉਦੋਂ ਕਿਸੇ ਨੂੰ ਪਤਾ ਨਹੀਂ ਵੀ ਜਾਣਾ ਕਿੱਧਰ ਤੇ ਕਿੱਧਰ ਆਉਣਾ। ਅੱਛਾ ਸਾਡੇ ਮੂਲਾ ਸਿੰਘ ਜੀ ਜੱਟ, ਤੋ ਉਹਨੇ ਅਖਬਾਰ ਪੜ੍ਹਨੀ ਤਾਂ ਉਹਨੇ ਆਖਣਾ ਬਾਹਰੀ ਕੋਈ ਦੀਵਾ ਜਗਣਾ, ਤੇ ਲੋਕੀ ਉਹਨੂੰ ਟਿਚਰਾਂ ਕਰਦੇ ਆ ਵੀ ਮੂਲਾ ਸਿੰਘ ਛਦਾਈ ਹੋ ਗਿਆ, ਬਾਰੀ ਕੋਈ ਦੀਵਾ ਆ ਗਿਆ ਕਿੱਥੇ ਜਾ ਜਾਗਣਾ। ਤੇ ਹੁਣ ਬਾਰਾਂ ਤੂੰ ਛੱਡ ਕੇ ਤੇਰੀ ਕੋਈ ਜਾਗ ਗਿਆ ਜਾਗ ਗਿਆ? ਨਹੀਂ ਜਦੋਂ ਮੈਂ ਪੁੱਛਿਆ ਵੀ ਜਦੋਂ ਉੱਠਣਾ ਪੈ ਗਿਆ ਉੱਥੋਂ, ਤੇ ਫਿਰ ਤੁਹਾਨੂੰ ਕਿੱਦਾਂ ਪਤਾ ਕਿਤਨਾ ਉੱਠ ਕੇ ਤੇ ਕਿਵੇਂ ਕਿਵੇਂ ਆਏ ਸਾਰੇ, ਸਾਰਾ ਕੁਝ ਦੱਸੋ ਸਾਨੂੰ। ਗੱਲ ਇਸ ਤਰ੍ਹਾਂ ਆਈ, ਸਾਨੂੰ ਜਥਾ ਪਿਆ ਆਇਆ, ਪਹਿਲਾਂ ਅਸੀਂ ਨਿਕਲੇ ਹਾਂ ਪਿੰਡੋਂ। ਅੱਛਾ ਸਾਨੂੰ ਪਟਿਆਲਾ ਵਾਲੀਆਂ ਬੀਬੀਆਂ ਪੈ ਗਈਆਂ, ਪਟਿਆਲਾ ਵਾਲੀਆਂ ਬੀਬੀਆਂ? ਆਹੋ। ਅੱਛਾ ਤੇ ਸਾਡਾ ਬੜਾ ਕਥਾ ਸਿੰਘ ਆਉਂਦਾ, ਔਰ ਆਉਂਦੇ ਜਾਂਦਾ ਜਥਾ ਹਿੰਦ ਕਰ ਮੁਸਲਮਾਨ ਆਉਂਦਾ ਠਾਂ, ਉਹ ਤੁਹਾਨੂੰ ਦੱਸੀਏ ਇਕੱਠੇ ਤੇ ਰਹਿੰਦੇ ਹਾਂ ਹੈਂ। ਉਹ ਵਿਚਾਰੀਆਂ ਪਿਛਣ ਤੁਰਦੀਆਂ, ਇੱਕੋ ਛਪਾਈ ਸਾਡੇ ਜਥੇ ਨਾਲ ਇੰਨੀ ਕੁ ਨਿੱਕਰ ਜਿਹੀ ਪਾਈ ਕੋਨਾ ਜਿਹਾ। ਅੱਛਾ ਜਿਹਦੇ ਨਾਲ ਅਸੀਂ ਆਏ ਹਾਂ, ਤੇ ਸਾਨੂੰ ਕਾਲਰਾ ਜਥਾ ਆਇਆ ਤੇ ਉਹਦੇ ਨਾਲ ਅਸੀਂ ਆਏ ਹਾਂ। ਜਥਾ ਕਾਲਰਾ ਵਾਲਾ ਉਹ ਜਿਹੜੇ ਨਸ਼ਹਿਰੇ ਬੈਠੇ ਨੇ, ਨਸ਼ਹਿਰੇ ਵਾਲਾ ਬਾਬਾ ਜਿਹੜਾ ਨਾ, ਇੱਥੇ ਨਸ਼ਹਿਰੇ ਜਾਂਦੇ ਆ ਲੋਕੀ ਮੇਲਾ ਵੇਖਣ। ਆਹੋ ਕਾਲਰਾ ਵਾਲੇ ਬਾਬਾ ਜੀ। ਹਾਂਜੀ ਇਹਨਾਂ ਜਥੇ ਦੇ ਨਾਲ ਆਏ ਤੁਸੀਂ? ਨਾ ਅਸੀਂ ਕਾਲਰਾ ਵਾਲਾ ਜਥਾ ਜਿਹੜਾ ਅਸੀਂ ਆਣ ਕੇ ਬੈਠੇ ਸੌ ਸੈਣ। ਅੱਛਾ ਸਾਨੂੰ ਸੌ ਸੈਣੀਆਂ ਸਰਦਾਰ ਨੇ ਆਉਂਦਾ। ਅੱਛਾ ਅੱਛਾ ਗੁਰਮੁਖ ਸਿੰਘ ਨੇ, ਗੁਰਮੁਖ ਸਿੰਘ ਨੇ। ਤੁਸੀਂ ਉੱਥੋਂ ਜਦੋਂ ਆਏ ਹੋ ਤੇ ਰਾਹ ਵਿੱਚ ਤੁਸੀਂ ਜ਼ਾਹਿਰ ਕਤਲੇਆਮ ਹੋਇਆ ਕਾਫੀ, ਪੁੱਛਣ ਸਾਡਾ ਇੰਨਾ ਪਿੰਡ ਨੇ ਬਚਾਇਆ ਤੇ ਇੰਨਾ ਪਿਆਰ ਸੀ ਨਾ। ਅੱਛਾ ਬੁਸ਼ਕਰਨਾ ਤੇ ਦੱਸੋ ਕੀ ਦੱਸੋ ਕਿੱਦਾਂ? ਇਹ ਪੇਜ ਵਾਲੇ ਇੱਕ ਲੋਕੀ ਪਏ ਆ ਲੁੱਟ ਮਾਰ ਨੂੰ। ਅੱਛਾ ਹੋਰ ਕੋਈ ਸਾਡੇ ਕਿਸੇ ਨੇ ਨੁਕਸਾਨ ਨੀ ਸਾਡਾ ਪਿੰਡ ਦਿਆਂ, ਤੇ ਸਾਰਿਆਂ ਨਾਲ ਉਸੇ ਤਰ੍ਹਾਂ ਪਿਆਰ ਨਾਲ ਜਿਹੜੇ ਰਹੇ ਨੇ ਜੀ ਉਹਨਾਂ ਨੂੰ ਵੀ ਬਚਾ ਕੇ ਘੱਲਿਆ। ਕੁਰਾਨ ਫੜ ਕੇ ਭਈ ਇੱਥੇ ਕੋਈ ਨੀ ਕੋਈ ਗੱਲ ਹੀ ਨੀ। ਅੱਛਾ 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 ਉਹਨੇ ਸਗੋਂ ਵਿਚਾਰੀ ਨੇ ਬਚਾ ਕੇ ਤੇ ਵਾੜਿਆ, ਜੈਸੇ ਚ ਮੁੜ ਕੇ ਵਾੜੇ ਨੇ। ਜਾਹਿਰ ਉਹ ਮੁਸਲਮਾਨ ਬੀਬੀ ਨੇ ਕੁਰਾਨ ਦੀ ਸਹੁੰ ਖਾ ਲਈ ਤੁਹਾਡੇ ਬਦਲੇ, ਫੜੀ ਹੋਈ ਸਹੁੰ ਨਹੀਂ ਖਾਦੀ, ਫੜ ਕੇ ਹੀ ਦੱਸਿਆ ਉਹਨਾਂ ਵੀ ਤੁਹਾਨੂੰ ਇਹਦੇ ਤੇ ਵੀ ਇੱਥੇ ਵਿਸ਼ਵਾਸ, ਇੱਥੇ ਨਹੀਂ ਕੁਛ ਵੀ। ਜਾਹਿਰ ਬਾਹਰ ਦੇ ਪਏ ਨੇ ਨਾ ਲੋਕੀ ਆਣ ਕੇ, ਪਿੰਡ ਤਾਂ ਨਹੀਂ ਕੋਈ ਵੀ, ਬਾਹਰੋਂ ਆਏ ਕੋਈ, ਉਹਨੇ ਤੁਹਾਨੂੰ ਅੰਦਰ ਲਗਾਇਆ ਵਾ, ਬਾਹਰ ਕੁਰਾਨ ਫੜ ਕੇ ਵੀ ਉਹਨੇ ਕਿਹਾ ਵੀ ਮੈਂ ਤਾਂ ਇੱਥੇ ਕੋਈ ਨਹੀਂ ਕਰਨਾ ਪਵੇਗਾ, ਇੱਥੇ ਨਹੀਂ ਕੋਈ ਵੀ ਰਹਿੰਦਾ। ਅੱਛਾ ਇਹਦਾ ਵੇਖੋ ਇਹ ਪਿਆਰ ਹੀਗਾ, ਇੰਨਾ ਪਿਆਰ ਹੀਗਾ, ਬਹੁਤ ਜ਼ਿਆਦਾ ਪਿਆਰ ਹੀਗਾ ਇਹਦਾ ਉਹਨਾਂ ਨੇ। ਸਾਡੇ ਨਾਲ ਪ੍ਰੇਮ ਪਿਆਰ ਪੂਰਾ ਰੱਖਦੇ ਆ, ਤੇ ਆਉਣ ਤੱਕਰ ਵੀ ਅਜੇ ਤੱਕਰ ਵੀ ਠੀਕ ਸਨ। ਤੇ ਜਦੋਂ ਤੁਸੀਂ ਆਏ ਹੋ ਤੁਹਾਨੂੰ ਰੋਕਿਆ ਨੀ ਕਿਸੇ ਨੇ? ਕਿਉਂ ਨਾ ਜਾਓ?
ਘਰੋਂ ਪਿੰਡੋਂ ਨਿਕਲੇ ਹਾਂ ਤਾਂ ਵਿਚਾਰੇ ਰੋਂਦੇ ਹਨ, ਸਾਡੇ ਜਿੰਨੇ ਚਾਚੇ ਤਾਏ ਚਾਚੀਆਂ ਹਨ ਮੁਸਲਮਾਨੀਆਂ ਸਾਰੇ ਰੋਜ਼ ਰੋਂਦੇ ਹਨ ਯਾਰ ਹਜ਼ਾਰ ਰੁਪਏ ਮਾੜਾ ਕੰਮ ਹੋਇਆ ਨਾ ਜਾਓ। ਤੇ ਕੀ ਲੈ ਕੇ ਨਿਕਲੇ ਸ਼ਾਇਦ ਲਈ? ਕੁਛ ਕੋਈ ਚੀਜ਼ ਨਹੀਂ ਆਉਂਦੀ, ਜਿਹੜੀਆਂ ਬੁਸ਼ਕਣੀਆਂ ਉਹ ਵੀ ਅਸੀਂ ਸੁੱਟ ਸੱਟ ਜਾਣੀਆਂ, ਅਸੀਂ ਤੇ ਸਣੇ ਦੁਆਲੇ ਦੇ ਲੀੜੇ ਲੀੜੇ ਸਨ, ਬਾਕੀ ਸਭ ਕੁਛ ਸਾਡਾ ਸਭ ਕੁਛ ਅਸੀਂ ਇਸ ਤਰ੍ਹਾਂ ਆਏ। ਤੇ ਰਾਤ ਕਿੰਨੇ ਦੇ ਲੱਗੇ ਤੁਹਾਨੂੰ ਉੱਥੋਂ ਇੱਧਰ ਆਉਣ? ਅਸੀਂ ਤਾਂ ਆਏ ਹਾਂ ਅੱਠੀ ਦਸੀਂ ਦੇ ਨਹੀਂ। ਤੇ ਫਿਰ ਰਾਤ ਕੀ ਖਾਂਦੇ ਰਹੇ ਉੱਥੇ? ਰਾਤ ਜੋ ਕਿਸੇ ਨੇ ਦਾਣੇ ਭੁੰਨ ਲਏ ਤੇ ਖਾ ਲਏ, ਕਿਸੇ ਨੇ ਕੁਝ ਕੀਤਾ, ਹੋਰ ਕੁਝ ਵੀ ਨਹੀਂ ਕਰਾ ਸਕਦੇ। ਦਾਣੇ ਦੀ ਗੱਲ ਕਰ ਲਈਏ, ਦਾਣਿਆਂ ਦੀ ਆਪਾਂ ਦਾਣੇ ਦੀ ਗੱਲ ਕਰੀਏ, ਉਸ ਸਾਨੂੰ ਪੈਂਦਾ ਰਿਹਾ ਜੇ ਅਲੀਪੁਰ ਜਾਂ ਸਾਈਦ ਪੈਂਦਾ ਰਿਹਾ। ਉਹ ਮੈਂ ਸੁਣੀ ਗੱਲ ਜਿੱਥੇ ਮੱਛੀ ਦਾ ਸ਼ਤੀਰ ਸੀ, ਹਾਂ ਅਲੀਪੁਰ ਸਜਦਾ ਮੱਛੀ ਦਾ ਸ਼ਤੀਰ ਪਿਆਰਦਾ ਅਲੀਪੁਰ ਸਜਦਾ, ਉਹ ਤਾਂ ਕਰਦਾ ਰਿਹਾ, ਹੋਰ ਸਾਨੂੰ ਨਹੀਂ ਕੋਈ ਨੇ ਨਾ ਰਾਹ 'ਚ ਕੋਈ ਮੁਸਲਮਾਨ ਨੇ ਕੁਝ ਆਖਿਆ ਤੇ ਨਾ ਹੋਰ ਕਿਸੇ, ਸਿਰਫ ਉਹ ਅਲੀਪੁਰ ਜਾਂ ਸਜਦ ਹੀ ਕੱਲਾ ਮਹਿਦੀ ਸ਼ਾਹ। ਦੁਨੀਆ ਅਮਨ ਚੈਨ ਇੱਥੇ ਰਾਵੀ ਤੇ ਆਏ ਆ, ਇੱਕ ਬੇੜਾ ਉਹਨਾਂ ਦਾ ਲੰਘਦਾ ਸੀ, ਇੱਕ ਸਾਡਾ ਲੰਘਦਾ ਸੀ, ਇੱਧਰ ਨੂੰ ਜਾਇ ਬਾਰ ਨਾਰੇ ਨੂਰੇ ਤਾਂ ਲੱਗਦੇ ਹੋਣੇ ਆ। ਉਹ ਨਾਰੇ ਤੇ ਵੇਖੋ ਜੀ ਜਨਕਾਰੇ ਤੇ ਬੋਲਣੇ ਹੁੰਦੇ ਤੇ ਉਹ ਕੋਈ ਗੱਲ ਹੀ ਨਹੀਂ ਸੀ, ਉਹ ਵੀ ਬੋਲੇ ਨੇ ਆਣ ਕੇ ਰਾਵੀ ਤੇ। ਅੱਛਾ ਅੱਛਾ, ਹੁਣ ਦਾਣਿਆਂ ਦੀ ਗੱਲ ਚੱਲਣ ਡਈ ਸੀ, ਮੈਨੂੰ ਦਾਣਿਆਂ ਦੀ ਗੱਲਾਂ ਦੇ ਵਿੱਚ ਚੇਤੇ ਆਇਆ ਕਿ ਉਦੋਂ ਦਾਣੇ ਭੁੰਨਣ ਦਾ ਬੜਾ ਖਾਣ ਦਾ, ਸ਼ਾਮਾਂ ਨੂੰ ਲੋਟੇ ਵੇਲੇ ਦਾਣੇ ਖਾਣੇ, ਪਿੰਡ 'ਚ ਹੈਗੀ ਪੱਠੀ? ਮੈਂ ਨਾ ਜੀ ਪੱਠੇ ਸਾਡੇ ਹੈਗੇ, ਉਹ ਗਾਂ ਬੈਠੇ ਇੱਕੋ ਘਰ ਸੀ ਮਹਿਰਿਆਂ ਦਾ, ਗਾਂਡਾ ਸਿੰਘ ਘਰ। ਅੱਛਾ, ਤੇ ਉਹ ਵੀ ਵਿਚਾਰੇ ਗਾਂ ਬਹਿ ਗਿਆ ਜਾ ਕੇ, ਉਹਨਾਂ ਦੀ ਪੱਠੀ ਉੱਥੇ, ਉਹ ਤੇ ਇੱਕੋ ਪੱਠੀ ਸੀ। ਕੀ ਨਾਮ, ਕਿਹੜੀ ਬੀਬੀ ਦਾ ਨਾਮ ਪਤਾ, ਕਿਹੜੀ ਬੀਬੀ ਭੁੱਲਦੀ? ਗੰਡਾ ਸਿੰਘ ਉਹਦੇ ਘਰਦੇ ਦਾ ਤਾਂ ਨਾਮ ਸਾਨੂੰ ਪਤਾ, ਗੰਡਾ ਸਿੰਘ ਜੀ ਸਿਰਫ ਜਿੱਥੇ ਭੂਰੇ ਕੇ ਭੂਰੇ ਕੇ, ਉਹ ਵੀ ਉਹਦੀ ਘਰ ਦੀ ਜਿਹੜੀ ਤੇਲ ਉਹ ਮੁਸਲਮਾਨੀ ਉਹ ਮਾਤਾ ਬਣ ਗਈ ਸੀ। ਅੱਛਾ, ਮਾਤਾ ਬਣ ਗਈ, ਨਹੀਂ ਜ਼ਾਹਿਰ ਬਾਤ ਆ ਵੀ ਪਿੰਡ ਦੇ ਵਿੱਚ ਪਾਣੀ ਦਾ ਸਾਧਨ ਤਾਂ ਕੋਈ ਇੰਨਾ ਨਹੀਂ, ਖੂਹਾਂ ਦਾ ਪਾਣੀ ਸੀਗਾ, ਖੂਹਾਂ ਦਾ, ਅਤੇ ਤੁਸੀਂ ਦੱਸਿਆ ਵੀ ਦੋ ਹੀ ਖੂਹ ਸੀ। ਹਾਂਜੀ, ਅਤੇ ਇੱਕੋ ਖੂਹ ਦਾ ਸਾਰੇ ਪਾਣੀ ਭਰਦੇ ਸੀ, ਮੁਸਲਮਾਨ ਵੀ ਅਤੇ ਹਿੰਦੂ ਵੀ? ਨਹੀਂ ਨਹੀਂ, ਹਾਂ ਵੱਖ ਵੱਖ ਖੂਹ ਸੀ, ਸਾਡਾ ਵੱਖਰਾ ਸੀ, ਉਹਨਾਂ ਦਾ ਵੱਖਰਾ। ਤੁਹਾਡਾ ਖੂਹ ਕਿੱਥੇ ਸੀ ਪਿੰਡ ਦੇ ਵਿਚਕਾਰ? ਪਿੰਡ ਦੇ ਐਂ ਬੰਨੇ ਸੀ, ਯਾਨੀ ਕਿ ਪਹਾੜ ਵਾਲੇ ਪਾਸੇ? ਹਾਂ, ਪਹਾੜ ਵਾਲੇ ਪਾਸੇ। ਅੱਛਾ, ਅਤੇ ਜਿਹੜਾ ਇੱਕ ਚੰਬੇ ਦਾ ਬੂਟਾ ਹੁੰਦਾ ਸੀ ਇੱਥੇ ਲਾਗੇ। ਅੱਛਾ, ਹੁਣ ਬੂਟਿਆਂ ਦੀ ਵੀ ਗੱਲ ਕਰ ਲਈਏ, ਚੰਬੇ ਦਾ ਬੂਟਾ ਤੇ ਨਾਲ ਬਾਗ ਲਾਇਆ ਇਹ ਮੂਲਾ ਸਿੰਘ ਹੋਰਾਂ ਸੰਤਰਿਆਂ ਦਾ, ਸੰਤਰਿਆਂ ਦਾ ਬਾਗ, ਤੇ ਬੇਰੀ ਬੜੀ ਸਾਡੇ ਪਿੰਡ, ਬੇਰੀਆਂ ਦੇ ਤਾਂ ਸਾਡਾ ਪਿੰਡ ਲੱਭਦਾ ਹੀ ਨਹੀਂ ਨਾ। ਚਾਰ ਸਵੇਰੇ ਹੀ, ਚਾਰ ਸਵੇਰੇ ਬੜੀ ਬੇਰੀ, ਤੇ ਕੋਈ ਸਿਰਫ ਫੱਤੀ ਵਾਲੇ ਪਾਸੇ ਨਹੀਂ ਭੂਰੇ ਗਿਆ, ਇੱਧਰ ਲਾਲੇ ਸ਼ਹੀਦੇ ਵਾਲੇ ਪਾਸੇ ਨੂੰ ਸਭ ਬੇਰੀਆਂ ਬੇਰੀਆਂ। ਜੇ ਅਸੀਂ ਪੁੱਛੀਏ ਤੁਹਾਨੂੰ ਪਿੱਛੇ ਤੁਹਾਡਾ ਘਰ ਪਿੰਡ ਦੇ ਕਿੱਥੇ ਸੀ, ਕੀ ਦੱਸੋ ਤੁਹਾਨੂੰ ਯਾਦ ਆ ਕਿਹੜੇ ਕਿਹੜੇ ਪਾਸੇ ਕਿਸ ਕਰਕੇ ਘਰ? ਸਾਡਾ ਭੂਰੇ ਕੇ ਵਾਲੇ ਪਾਸੇ ਨੂੰ ਮੂੰਹ ਹੀ ਐਸ ਰੱਖਣੋਂ ਦੱਖਣ ਬਾਈ। ਹਾਂ, ਦੱਖਣ ਬਾਈ ਤੁਹਾਡੇ? ਹਾਂ, ਤੇ ਜਿਸ ਤਰ੍ਹਾਂ ਹੁਣ ਸਾਡਾ ਸੜਕ ਦੇ ਉੱਤੇ ਘਰ, ਇਸ ਤਰ੍ਹਾਂ ਸਾਡਾ ਗਲੀ ਦੇ ਉੱਤੇ ਹੀ ਘਰ। ਕੋਈ ਨਿਸ਼ਾਨੀ ਵੀ ਹੈਗੀ ਸੀ, ਕੋਈ ਬੂਟਾ ਬੋਰਡ ਦਾ ਜਾਂ ਕੋਈ? ਬੋਰਡ ਦੇ ਅੱਗੇ ਬੇਰੀ ਸੀ, ਉੱਥੇ ਬੇਰੀ ਥੱਲੇ ਬਹਿੰਦੇ ਹੁੰਦੇ, ਤੇ ਲੱਕ ਸਾਡੇ ਪਿੱਪਲ ਹੀ ਪਿੰਡ ਦੇ, ਉੱਥੇ ਜਨਾਨੀਆਂ ਬਹਿੰਦੀਆਂ ਹੁੰਦੀਆਂ, ਤੇ ਬਾਹਰ ਜਿਹੜਾ ਪਿੱਪਲ ਤੇ ਬਰਨਾ ਸੀ ਉੱਥੇ ਬੰਦੇ ਬਹਿੰਦੇ ਹਨ, ਜਿਹੜੇ ਜੀ ਰਹਿ ਗਏ, ਤੇ ਜਿਹੜੇ ਤੁਹਾਡੇ ਜੀ ਉੱਥੇ ਰਹਿ ਗਏ, ਜਿਹੜੇ ਇੱਕੋ ਘਰ ਰਹਿੰਦਾ ਵਾ, ਨਹੀਂ ਜਿਹੜਾ ਉਦੋਂ ਰਹਿ ਗਿਆ, ਉਦੋਂ ਰਹਿ ਗਏ, ਉਹ ਵੀ ਇਹਨਾਂ ਬਚਾ ਕੇ ਤੇ ਵਿਚਾਰਿਆਂ ਨੇ ਘਰ ਛੱਡੇ, ਹੁਣ ਬਹਿਬਲ ਤੱਕ ਬੈਠੇ ਆ, ਨਹੀਂ ਜਿਹੜਾ ਕੋਈ ਸਾਰੇ ਬੈਠੇ ਜੇ, ਹੁਣ ਕੋਈ ਜੀ ਨਹੀਂ ਉੱਥੇ ਰਹਿ ਗਿਆ, ਤੁਹਾਡੀਆਂ ਭੈਣਾਂ ਜਾਂ ਭਰਾ ਉੱਥੇ ਬੈਠੇ? ਸਾਡੇ ਕੋਈ ਨਹੀਂ ਉੱਥੇ ਰਹਿ ਗਿਆ, ਇੱਕੋ ਘਰ ਰਹਿੰਦਾ। ਕਿਹੜਾ? ਉਹਦਾ ਨਾਮ ਖਿਉਣ ਦਾ। ਉਹ ਕਿੱਥੇ ਰਹਿੰਦਾ? ਬਾਊ ਆ ਮੁੰਡਾ। ਕਿੱਥੇ ਰਹਿੰਦੇ? ਉੱਥੇ ਪਿੰਡ 'ਚ ਰਹਿੰਦੇ, ਉਹਨਾਂ ਦੇ ਵਿਹੜੇ ਪਿੱਪਲ ਸੀ। ਕਿਉਂ? ਆਹੋ, ਤੁਹਾਡੀ ਕੀ ਲੱਗਦਾ ਤੁਹਾਡਾ? ਉਹ ਸ਼ਰੀਕੇ 'ਚੋਂ ਹੀ ਚਾਚਾ ਹੀ ਲੱਗਦਾ। ਕਿਉਂ ਚਾਚਾ ਜਿਹੜਾ? ਅੱਛਾ, ਉਹ ਨਹੀਂ ਆਇਆ? ਨਾ। ਉਹ ਕਿਉਂ ਨਹੀਂ ਆਇਆ? ਉਹਨਾਂ ਦੀ ਮਰਜ਼ੀ ਨਹੀਂ, ਜ਼ਾਹਿਰ ਬਾਤ ਕਈ ਲੋਕ ਨਹੀਂ ਆਏ, ਬਹੁਤੇ ਨਹੀਂ ਆਏ ਜ਼ਿਆਦਾ ਜੀ ਮਾਸ਼ੇ। ਅੱਛਾ ਅੱਛਾ ਅੱਛਾ, ਨਹੀਂ ਆਏ ਵੀ ਕਈ, ਬੜੇ ਲੇਟ ਵੀ ਆਏ ਆ ਕਈ, ਜਿਹੜੇ ਰਹਿ ਵੀ ਗਏ ਨੇ ਜੀ, ਬਣ ਇੱਧਰੋਂ ਆਏ ਤੁਰ ਗਏ ਨੇ, ਆਪੀ ਲੋਕਾਂ ਦੇ ਕਿੰਨੇ ਘਰ ਆਏ ਹਨ। ਅੱਛਾ ਅੱਛਾ, ਉਹਨਾਂ ਨੂੰ ਉੱਥੇ ਕੁਆਟਰ ਸਭ ਕੁਝ ਮਿਲਿਆ, ਧੁੱਪ ਸੜੀ, ਤੇ ਮੁੰਡੇ ਇੱਥੇ ਫਿਰਦੇ ਰਹੇ, ਤੇ ਬਾਅਦ ਚ ਫਿਰ ਉਧਰ ਤੁਰ ਗਏ ਹਨ।
ਨਹੀਂ ਜੇ ਤੁਸੀਂ ਇਸ ਪਿੰਡ 'ਚ ਆਏ ਜੇ ਇੱਥੇ ਸਿੱਧੇ ਇਸੇ ਪਿੰਡ 'ਚ ਆਏ ਉਸ ਉੱਚੜ ਕੇ ਪਹਿਲਾਂ ਅਸੀਂ ਪਹਿਲਾਂ ਵਿਹਲੇ ਬੈਠੇ ਹਾਂ ਆਪਣੇ ਫਤਿਹਗੜ੍ਹ ਕਿਹੜੇ ਰਾਹੇ ਆਏ ਜੇ ਤੁਸੀਂ ਅਸੀਂ ਆਇਆ ਸੰਘਿਆ ਨੂੰ ਸੰਘੇ ਚੁਣੀ ਨੰਕੇ ਤੇ ਅੱਗੇ ਸੰਘੇ ਤੇ ਸੰਘਿਆ ਤੋਂ ਅੱਗੇ ਆਇਆ ਇੱਥੇ ਵੱਡੇ ਸਮਝਾਣ ਦੇਖੋ ਜੀ ਇੱਥੋਂ ਮੁਸਲਮਾਨ ਉਧਰ ਚਲੇ ਗਏ ਜਾਣਾ ਸੀ ਤੇ ਇਹਨਾਂ ਦੇ ਘਰ ਵਿਹਲੇ ਹੋਏ ਤੁਸੀਂ ਆਪਣੀ ਮਰਜ਼ੀ ਨਾਲ ਆ ਕੇ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਨੇ ਤੁਹਾਨੂੰ ਕਿਹਾ ਵੀ ਤੁਸੀਂ ਨਹੀਂ ਆਪਣੀ ਮਰਜ਼ੀ ਨਾਲ ਆਏ ਘੁੰਮੇ ਨਾਲ ਜਿਹੜੇ ਆਏ ਕੋਈ ਰਿਸ਼ਤੇਦਾਰ ਨਹੀਂ ਸਾਡਾ ਉਹ ਤੋਂ ਸਾਰੇ ਜ਼ਿੰਮੇਦਾਰੀ ਆਏ ਹਨ ਤੁਹਾਡੇ ਘਰ ਅੱਛਾ ਚਲੋ ਹੁਣ ਤੁਹਾਡੀ ਉਮਰ ਇਸ ਵੇਲੇ ਮੈਂ ਪਸਾਵਾਂ ਕਿ ਕੋਈ 82-83 ਸਾਲ ਦੀ ਉਮਰ ਹੋ ਸਕੀ ਕਿੰਨੀ ਹੋ ਗਈ ਆ ਤੇ ਕਿਸੇ ਵੇਲੇ ਪਿੰਡ 'ਤੇ ਯਾਦ ਆਉਂਦਾ ਹੋਣਾ ਪਿੰਡ 'ਤੇ ਯਾਦ ਆ ਸਾਨੂੰ ਰਾਂਝਾ ਹਜ਼ਾਰੇ ਨਾਲ ਸਲਹਿਰੀ ਆ ਮੁੰਡਾ ਉਹ ਵੀ ਹੱਸਦੇ ਖੇਡਦੇ ਹੁੰਦੇ ਹਨ ਇਹ ਜਲਾਲ ਉਹਦੀ ਪਿੰਡ ਦੀਆਂ ਗਲੀਆਂ ਤੁਹਾਨੂੰ ਉਸੇ ਤਰ੍ਹਾਂ ਨਜ਼ਰ ਆਉਂਦੀਆਂ ਉਸੇ ਤਰ੍ਹਾਂ ਗਲੀਆਂ ਇੱਕ ਸਾਡੇ ਇੱਧਰੋਂ ਦੀ ਅਤੇ ਇੱਕ ਉਹ ਪਿੱਪਲ ਥੱਲੇ ਹੁੰਦੀ ਆਉਣ ਨੂੰ ਜਾਂਦੀ ਸੀ ਅਤੇ ਇੱਕ ਵਾਰ ਵਾਰ ਹੋ ਕੇ ਅਤੇ ਫਿਰ ਉਹ ਖੋਤਲਿਆਂ ਦੇ ਖੂਹ ਵੱਲੋਂ ਦੀ ਲੰਬੜਾਂ ਦੇ ਘਰ ਨੂੰ ਚਲੀ ਜਾਂਦੀ ਸਕੂਲ ਦੀ ਗੱਲ ਕਰਨ ਲੱਗਿਆ ਤਾਂ ਸਕੂਲ 'ਤੇ ਤੁਸੀਂ ਦੱਸਿਆ ਵੀ ਅਸੀਂ ਦੋ ਦਿਨ ਸਕੂਲ ਗਿਆ ਅਤੇ ਰੌਲਾ ਪੈ ਗਿਆ ਸਕੂਲ ਉਹ ਆਪਣੇ ਤੁਹਾਨੂੰ ਦੱਸਿਆ ਉਹਦਾ ਮਾਸਟਰ ਦਾ ਚੇਤਾ ਕਿ ਨਾ ਚੇਤਾ ਹੀ ਨਾ ਮਾਸਟਰ ਦਾ ਨਹੀਂ ਮਾਸਟਰ ਦਾ ਨਾ ਚੇਤਾ ਕੋਈ ਅਤੇ ਉਹ ਇੱਥੇ ਸਕੂਲ ਇੱਥੇ ਹੀ ਲੱਗਦਾ ਸੀ ਜਿੱਥੇ ਤੁਹਾਨੂੰ ਦੱਸਿਆ ਉਹ ਅਸ਼ਰਮ ਹੈਗਾ ਸੀ ਸੰਤਾਂ ਦਾ ਅੱਛਾ ਉੱਥੇ ਜਾਂਦੇ ਹਨ ਉੱਥੇ ਹਲਟੀ ਉੱਥੇ ਮੁੰਡੇ ਨਹਾਉਂਦੇ ਧੋਂਦੇ ਹਨ ਹਲਟੀ ਦੂਜੀ ਗੇੜ ਕੇ ਅਤੇ ਛੋਟੀਆਂ ਛੋਟੀਆਂ ਟਿੰਡਾਂ ਟਿੰਡਾਂ ਵਾਲੀ ਛੋਟੀ ਹਲਟੀ ਉੱਥੇ ਕੁੜੀਆਂ ਕੁੜੀਆਂ ਉਹਨੂੰ ਆਉਂਦੇ ਹਨ ਅੱਛਾ ਮੰਦਰ ਨਹੀਂ ਆਉਂਦੇ ਸੰਤ ਹੁੰਦੇ ਹਨ ਭਗਲਿਆਂ ਕੱਪੜਿਆਂ ਵਾਲੇ ਬਾਬਾ ਸ਼ੰਕਰਾਨੰਦ ਸ਼ੰਕਰਾਨੰਦ ਸੀ ਬਾਬਾ ਉਹਦੀ ਕੁਟੀਆ ਸੀ ਉੱਥੇ ਹੱਡੀ ਲੱਗੀ ਉੱਥੇ ਲਾਉਣਾ ਲਾਉਣਾ ਸਾਰਿਆਂ ਨੇ ਕੁਟੀਆ ਕਾਦੀ ਉਹਨੇ ਕੋਠੀ ਪਾਈ ਵਧੀਆ ਉਸ ਵੇਲੇ ਹਾਂ ਤੇ ਪਿੰਡ 'ਚ ਦੋ ਮੰਜ਼ਲੀ ਕਮਰੇ ਹਨ ਪਿੰਡ 'ਚ ਸੌਦਾ ਪੱਤਾ ਕਿੱਥੋਂ ਲੈਂਦੇ ਸੀ ਸੌਦਾ ਪੱਤਾ ਉੱਥੇ ਪਿੰਡੋ ਹੀ ਲੈ ਲੈਂਦੇ ਕੀ ਨਾਂ ਹੈ ਕਿਹਦਾ ਕਿਹਦੀ ਦੁਕਾਨ ਖੱਤਰੀ ਦੀ ਕਿਹਦੀ ਸੀ ਖੱਤਰੀ ਤੁਹਾਨੂੰ ਦੱਸਿਆ ਮੁੱਲਾ ਸਿੰਘ ਜੱਟ ਦੀ ਅੱਛਾ ਜੱਟ ਨੇ ਪਾਈ ਦੁਕਾਨ ਪਹਿਲੀ ਵਾਰੀ ਸੁਣਿਆ ਜੀ ਇਹਨਾਂ ਦੇ ਬੋਲੋ ਵੀ ਜੱਟ ਨੇ ਕਿ ਦੁਕਾਨ ਪਾਈ ਉੱਥੇ ਜਿਹੜੀ ਆ ਅੱਛਾ ਅਸੀਂ ਪੁਸ਼ਕਰ ਪਿੰਡ ਦੀ ਗੱਲ ਕਰਦੇ ਪਏ ਹਾਂ ਹੁਣ ਪੁਸ਼ਕਰ ਪਿੰਡ ਵਾਲਿਆਂ ਨੇ ਤੁਹਾਡੀ ਇਹ ਵੀਡੀਓ ਵੀ ਵੇਖਣੀ ਹੈ ਅਤੇ ਅਸੀਂ ਆਪਣੀ ਡਿਊਟੀ ਵੀ ਲਾਵਾਂਗੇ ਆਪਣੇ ਗੁਰਸ਼ਾਦਰ ਕਬੋਹ ਸਾਹਿਬ ਵੀ ਅਤੇ ਸਾਡੇ ਬੜੇ ਹਰਮਨ ਪਿਆਰੇ ਸਾਡੇ ਜਿਹੜੇ ਨੇ ਖਾਦਮ ਹੁਸੈਨ ਸਾਹਿਬ ਦੀ ਉਹਨਾਂ ਦੀ ਡਿਊਟੀ ਲਾਵਾਂਗੇ ਕਿ ਇਹਨਾਂ ਦੇ ਪਿੰਡ ਵੀ ਜਾ ਕੇ ਵਿਜ਼ਿਟ ਕਰਨ ਅਤੇ ਇਹਨਾਂ ਦੀ ਦੱਸੀਆਂ ਕਹਾਣੀਆਂ ਅਤੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਵਾਲਿਆਂ ਨੂੰ ਕੋਈ ਸੁਨੇਹਾ ਦੇ ਦਿਓ ਆਪਣੇ ਪੁਸ਼ਕਰ ਵਾਲਿਆਂ ਨੂੰ ਵੀ ਜੀਂਦੇ ਵੱਸਦੇ ਰਹੋ ਕਿ ਸਾਰੇ ਜਿੰਦੇ ਰਹਿਣ ਪਿੰਡ ਆਬਾਦ ਰਹੇ ਜਲਾਲ ਹੋ ਰਹੀਆਂ ਛਪੀ ਹੋ ਰਹੀਆਂ ਜੇ ਛਫੀ ਹੋਣੀ ਤੇ ਜੀਦੇ ਹੋਣਗੇ ਹਾਂਜੀ ਤੇ ਜੇ ਫਿਰ ਉਹਨਾਂ ਕਿਹਾ ਮੇਰੀ ਬਾਬੇ ਨਾਲ ਗੱਲ ਕਰਾਓ ਤਾਂ ਫਿਰ ਕਰਨੀ ਤੇ ਪੈਣੀ ਹੈ ਨਾ ਹਾਂ ਹੈ ਨਾ ਆ ਰਾਂਝਾ ਆਪਣੇ ਕਰਮਲਾ ਇਹਦਾ ਮੁੰਡਾ ਹਾਂਜੀ ਇਹ ਸਾਰਿਆਂ ਨੂੰ ਬਰਕਤ ਹੋ ਰਹੀ ਇਹ ਹੁਣ ਜੇ ਬਰਕਤ ਜੀਂਦਾ ਹੋਇਆ ਰਾਂਝਾ ਜੀਂਦਾ ਹੋਇਆ ਤੇ ਉਹਨੇ ਤਾਂ ਫਿਰ ਤੁਹਾਨੂੰ ਕਹਿਣਾ ਮੇਰੀ ਬਾਬੇ ਨਾਲ ਗੱਲ ਕਰਾਓ ਬਰਕਤ ਬਾਬਾ ਉਮਰ ਦਾ ਇਹਨਾਂ ਦੀ ਉਮਰ ਦਾ ਅੱਛਾ 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 ਦੋਏ ਭਰਾ ਵੱਡੇ ਹਨ ਤੇ ਜਲਾਲ ਜਿਹੜਾ ਸੀ ਉਹ ਸਾਡੇ ਵੱਡੇ ਭਰਾ ਦਾ ਹਾਣੀ ਤੇਰਾ ਹਾਣੀ ਕਿਹੜਾ ਸੀਗਾ ਮੇਰੇ ਹਾਣੀ ਆ ਰਾਜੇ ਹਰੀ ਹਨ ਰਾਜੇ ਹੋਣੀ ਰਾਂਝਾ ਨਾ ਤੇ ਚਲੋ ਜੀ ਬਾਬੇ ਨੇ ਬੜੀਆਂ ਸੋਹਣੀਆਂ ਗੱਲਾਂ ਪਤਾ ਕੀਤੀਆਂ ਸਾਡੇ ਨਾਲ ਸਾਂਝ ਪਾਈ ਇਹਨਾਂ ਨੇ ਅਤੇ ਬਾਕੀ ਤੁਹਾਨੂੰ ਅਸੀਂ ਬਿਆਨ ਕੀਤਾ ਖਾਦਮ ਸਾਹਿਬ ਦੀ ਡਿਊਟੀ ਲਾਵਾਂਗੇ ਇਹਨਾਂ ਦੇ ਪਿੰਡ ਜਾਣ ਦੀ ਅਤੇ ਜਿਹੜੇ ਇਹਨਾਂ ਦੇ ਦੋਸਤ ਸੀ ਉਹਨਾਂ ਨਾਲ ਗੱਲਬਾਤ ਕਰਨਗੇ ਸਾਂਝੀ ਕਰਨਗੇ ਅਤੇ ਇਹੋ ਜਿਹੀ ਕਹਾਣੀ ਲੈ ਕੇ ਤੁਹਾਡੇ ਰੂਪ ਫਿਰ ਹੁੰਦੇ ਰਵਾਂਗੇ ਅਤੇ ਇਹਦੇ ਨਾਲ ਹੀ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਜ਼ਰੂਰ ਕਰਿਓ ਤਾਂ ਕਿ ਸਾਨੂੰ ਤੁਹਾਡਾ ਜਿਹੜਾ ਇਹ ਬਲ ਮਿਲ ਸਕੇ ਤੁਹਾਨੂੰ ਇਹੋ ਜਿਹੀ ਵੀਡੀਓ ਅਸੀਂ ਹੋਰ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਜੀ ਹਾਂਜੀ ਠੀਕ ਆ ਬਾਬਾ ਜੀ ਬਣ ਜੀ